ਸ਼ਰਮ ਦਾ ਘਾਟਾ ਯਾਰ, ਘੱਟੋ ਘੱਟ ਵਿੱਦਿਅਕ ਕੇਂਦਰ ਸੀ ਜਿਹੜੇ ਸਾਡੇ ਸਕੂਲ ਸੰਸਥਾਵਾਂ ਸੀ, ਸਾਡੀਆਂ ਯੂਨੀਵਰਸਿਟੀਆਂ ਸੀ ਯਾਰ, ਉੱਥੇ ਤਾਂ ਸ਼ਰਮ ਕਰ ਲਓ। ਛੋਟੀਆਂ ਛੋਟੀਆਂ ਬੱਚੀਆਂ ਨੂੰ ਐਨ ਬਹੂਆਂ ਬਣਾ ਕੇ ਟਿੱਕੇ ਲਾ ਕੇ ਅਸੀਂ ਉੱਥੇ ਤੋਰਦੇ ਹਾਂ। ਹੁਣ ਕਈ ਥੱਲੇ ਕਮੈਂਟ ਕਰਨਗੇ ਇਹ ਖੁਸ਼ੀ ਦਾ ਪ੍ਰਤੀਕ ਹੈ। ਯਾਰ ਮਾਨਸਿਕ ਗੁਲਾਮੀ ਦੇ ਵਿੱਚੋਂ ਨਿਕਲਿਆ ਸੀ ਤੁਹਾਡਾ ਇਹ ਤਿਉਹਾਰ। ਤੁਹਾਡੀਆਂ ਔਰਤਾਂ ਨੂੰ ਟਕੇ ਟਕੇ 'ਤੇ ਵੇਚਦੇ ਸੀ ਅਗਲੇ, ਤੁਹਾਡੀਆਂ ਔਰਤਾਂ ਨੂੰ ਧੱਕੇ ਦੇ ਨਾਲ ਬੰਨ੍ਹ ਕੇ ਲੈ ਕੇ ਜਾਂਦੇ ਸੀ ਆਪਣੇ ਮਹਿਲਾਂ ਦੇ ਵਿੱਚ ਅਗਲੇ। ਉੱਥੋਂ ਨਿਕਲੇ ਤਿਉਹਾਰ ਨੂੰ ਮਨਾ ਰਹੇ ਹੋ ਤੁਸੀਂ, ਖੁਸ਼ੀ ਇਹਨਾਂ ਚੀਜ਼ਾਂ ਦੇ ਵਿੱਚੋਂ ਖੁਸ਼ੀ ਨਿਕਲ ਸਕਦੀ ਹੈ? ਪਰ ਹੁਣ ਸਰਕਾਰਾਂ ਵੀ ਲੱਗੀਆਂ, ਕਿਉਂਕਿ ਉਹ ਵੀ ਚਾਹੁੰਦੀਆਂ ਨੇ ਨਾ ਵੀ ਹਾਂ ਤੁਸੀਂ ਉਲਝੇ ਰਹੋ ਇਹਨਾਂ ਚੀਜ਼ਾਂ ਦੇ ਵਿੱਚ, ਬਸ ਹੁਲਾਰੇ ਦੇਈ ਜਾਓ, ਤੁਸੀਂ ਹੁਲਾਰੇ ਲਈ ਜਾਓ, ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਰਹੋ। ਕਿਤੇ ਸਾਡੇ ਵੱਲ, ਸਰਕਾਰਾਂ ਵੱਲ ਨੂੰ ਧਿਆਨ ਨਾ ਹੋ ਜਾਵੇ, ਕਿਤੇ ਇਹ ਸਾਡੇ ਤੋਂ ਕੁਝ ਮੰਗ ਨਾ ਲੈਣ, ਇਹ ਕਿਤੇ ਔਰਤਾਂ ਸਾਨੂੰ ਇਹ ਨਾ ਕਹਿ ਦੇਣ ਵੀ ਸਾਨੂੰ ਸਾਡੇ ਹੱਕ ਚਾਹੀਦੇ ਨੇ, ਸਾਨੂੰ ਕੁੱਟਿਆ ਕਿਉਂ ਜਾ ਰਿਹਾ, ਸਾਨੂੰ ਲੁੱਟਿਆ ਕਿਉਂ ਜਾ ਰਿਹਾ, ਅਸੀਂ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦੀਆਂ ਨੇ, ਸਾਨੂੰ ਨੌਕਰੀ ਦਿੱਤੀ ਜਾਵੇ, ਸਾਨੂੰ ਕੋਈ ਚੱਜ ਦੀ ਸਿੱਖਿਆ ਦਿੱਤੀ ਜਾਵੇ, ਕਿਤੇ ਉੱਧਰ ਨੂੰ ਨਾ ਤੁਰ ਪੈਣ, ਸਰਕਾਰਾਂ ਵੀ ਫਿਰ ਲਾਈ ਫਿਰਦੀਆਂ ਨੇ। ਸਾਡੀਆਂ ਧੀਆਂ ਭੈਣਾਂ ਨੂੰ ਕਰਾਟੇ ਸਿਖਾਏ ਜਾਂਦੇ, ਉਹਨਾਂ ਨੂੰ ਗੱਤਕਾ ਸਿਖਾਇਆ ਜਾਂਦਾ, ਆਪਣੀ ਰੱਖਿਆ ਕਿਵੇਂ ਕਰਨੀ ਹੈ ਇਹ ਕੁਝ ਸਕੂਲ ਦੇ ਵਿੱਚ ਉਸਨੂੰ ਸਿਖਾਉਣਾ ਸੀ, ਪਰ ਅਸੀਂ ਘੜੀ ਪਲ ਦੋ ਮਿੰਟਾਂ ਦੇ ਲਈ ਝੂਟੇ ਲਏ, ਹਲਾਰੇ ਲਏ, ਗਾਣੇ ਗਾਏ ਅਤੇ ਪਿਛੋਕੜ ਭੁੱਲ ਕੇ ਵੀ ਇਹ ਤਿਉਹਾਰ ਚੱਲਿਆ ਕਿੱਥੋਂ ਸੀ, ਉਹ ਸਾਰਾ ਕੁਝ ਭੁੱਲ ਕੇ ਅਸੀਂ ਕੇਵਲ ਅਤੇ ਕੇਵਲ ਸਾਡੀਆਂ ਧੀਆਂ ਭੈਣਾਂ ਨੂੰ ਇੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਵੀ ਹਾਂ ਬਸ ਇੱਕ ਮਨ ਦੀ ਸੰਤੁਸ਼ਟੀ ਹੈ, ਇੱਕ ਰੌਣਕ। ਸੱਭਿਆਚਾਰ ਦੇ ਨਾਂ ਹੇਠ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਗੰਦ ਪਰੋਸਿਆ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੁਸੀਂ ਵੇਖਣਾ ਮੁਗਲੀਆ ਸੰਤਲਤ ਵੇਲੇ ਦੀ ਐਸ਼ ਪ੍ਰਸਤੀ ਦੀ ਚੀਜ਼ ਕਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਬਣ ਗਈ, ਇਸ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ। ਉਸ ਵੇਲੇ ਕੁਝ ਜੰਗੀਰਦਾਰ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਇਹ ਐਲਾਨ ਕਰਦੇ ਵੀ ਸਾਉਣ ਮਹੀਨੇ ਦੇ ਵਿੱਚ ਇੱਕ ਮੇਲਾ ਲੱਗਣਾ ਹੈ, ਉਸ ਮੇਲੇ ਦੇ ਵਿੱਚ ਔਰਤਾਂ ਹਾਰ ਸ਼ਿੰਗਾਰ ਕਰਕੇ ਪਹੁੰਚਦੀਆਂ ਅਤੇ ਜਦੋਂ ਮੁਗਲ ਇਕੱਠੇ ਹੁੰਦੇ ਉਹਨਾਂ ਔਰਤਾਂ ਨੂੰ ਕੁਝ ਵਿਆਹ ਕੇ ਲਿਜਾਇਆ ਜਾਂਦਾ ਅਤੇ ਕੁਝ ਔਰਤਾਂ ਨੂੰ ਧੱਕੇ ਦੇ ਨਾਲ ਆਪਣੀ ਐਸ਼ ਪ੍ਰਸਤੀ ਕਰਨ ਦੇ ਲਈ ਧੱਕੇ ਦੇ ਨਾਲ ਆਪਣੇ ਦਰਬਾਰਾਂ ਦੇ ਵਿੱਚ ਲਿਜਾਇਆ ਜਾਂਦਾ। ਤੁਸੀਂ ਵੇਖਣਾ ਉਹਨਾਂ ਦੇ ਨੱਕ ਬਿੰਨ ਦਿੱਤੇ ਜਾਂਦੇ, ਉਹਨਾਂ ਦੇ ਪੈਰਾਂ ਦੇ ਵਿੱਚ ਘੁੰਗਰੂ ਪਾ ਦਿੱਤੇ ਜਾਂਦੇ ਤਾਂ ਜੋ ਜੇ ਔਰਤਾਂ ਉਹ ਅੱਖ ਬਚਾ ਕੇ ਭੱਜਣ ਦਾ ਯਤਨ ਵੀ ਕਰਨ ਤਾਂ ਘੁੰਗਰੂ ਨੇ ਜਿਹੜੇ ਉਹ ਛਣਕ ਜਾਣ ਅਤੇ ਸਾਨੂੰ ਪਤਾ ਲੱਗ ਜਾਵੇ। ਇਹ ਸੱਭਿਆਚਾਰ ਬਣਾ ਕੇ ਅੱਜ ਪੇਸ਼ ਕੀਤਾ ਜਾ ਰਿਹਾ। ਤੁਸੀਂ ਵੇਖੋ ਉਸ ਵੇਲੇ ਕੁਝ ਟੁੱਚਰ ਬੋਚ ਜੰਗੀਰਦਾਰ ਇਕੱਠੇ ਹੋ ਕੇ ਇਹ ਕੁਝ ਕਰਦੇ ਸਨ ਅਤੇ ਅੱਜ ਸਾਡੀ ਅਫਸਰਸ਼ਾਹੀ ਦੇ ਨਾਂ ਦੇ ਉੱਪਰ ਪਿੰਡਾਂ ਦੇ ਵਿੱਚ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਨੇ, ਲੋਕ ਇਕੱਠੇ ਹੁੰਦੇ ਨੇ, ਇੱਕ ਪ੍ਰਬੰਧ ਕੀਤਾ ਜਾਂਦਾ ਅਤੇ ਕਈ ਜਗ੍ਹਾ 'ਤੇ ਤਾਂ ਮੈਂ ਹੈਰਾਨ ਹੋ ਗਿਆ ਵੀ ਤੀਆਂ ਦੇ ਤਿਉਹਾਰ ਦੇ ਉੱਪਰ ਜਿਹੜਾ ਲੰਗਰ ਦਾ ਪ੍ਰਬੰਧ ਹੈ, ਰੋਟੀਆਂ ਦਾ ਪ੍ਰਬੰਧ ਹੈ, ਉਹ ਗੁਰਦੁਆਰੇ ਦੇ ਵਿੱਚੋਂ ਹੁੰਦਾ। ਸੱਭਿਆਚਾਰ ਦੇ ਨਾਂ ਦੇ ਉੱਪਰ ਗੰਦ ਸੀ ਇਹ ਤਿਉਹਾਰ ਅਤੇ ਅਸੀਂ ਕਿੱਧਰਲੇ ਪਾਸੇ ਨੂੰ ਲੈ ਤੁਰੇ ਇਸ ਨੂੰ। ਤੁਸੀਂ ਦੇਖਣਾ ਵੀ ਸਾਡੀਆਂ ਧੀਆਂ ਭੈਣਾਂ ਦੋ ਮਿੰਟ ਦੀ ਖੁਸ਼ੀ ਦੇ ਲਈ ਤਿਆਰ ਹੋ ਕੇ, ਛੋਟੀਆਂ ਛੋਟੀਆਂ ਬੱਚੀਆਂ ਨੂੰ ਅਸੀਂ ਸਕੂਲ ਦੇ ਵਿੱਚ ਤਿਆਰ ਕਰਕੇ ਭੇਜਦੇ ਹਾਂ ਦੋ ਮਿੰਟ ਦੀ ਖੁਸ਼ੀ ਲੈਣ ਦੇ ਲਈ, ਜਦਕਿ ਸਕੂਲ ਦੇ ਵਿੱਚ ਚਾਹੀਦਾ ਕੀ ਸੀ? ਇਹ ਤਿਉਹਾਰ ਮਨਾਉਣਾ ਚਾਹੀਦਾ ਸੀ ਜਿਹੜਾ ਗੁਲਾਮੀ ਦਾ ਪ੍ਰਤੀਕ ਸੀ, ਜਿਹੜਾ ਉਹਨਾਂ ਦੀ ਐਸ਼ ਪ੍ਰਸਤੀ ਦੇ ਵਿੱਚੋਂ ਨਿਕਲਿਆ ਸੀ। ਇਹ ਤਿਉਹਾਰ ਸਾਡੇ ਧਾਰਮਿਕ ਸਥਾਨਾਂ ਦੇ ਉੱਪਰੋਂ ਰੋਟੀਆਂ ਲਿਆ ਕੇ ਮਨਾਉਣਾ ਚਾਹੀਦਾ ਸੀ, ਜਾਂ ਸਕੂਲਾਂ ਦੇ ਵਿੱਚ ਗੰਦ ਪਾ ਕੇ ਮਨਾਉਣਾ ਚਾਹੀਦਾ ਸੀ, ਜਾਂ ਇਸ ਦਾ ਬਦਲਵਾਂ ਰੂਪ ਕੁਝ ਹੋਰ ਵੀ ਹੋ ਸਕਦਾ ਸੀ? ਸਾਡੀਆਂ ਧੀਆਂ ਭੈਣਾਂ ਨੂੰ ਕਰਾਟੇ ਸਿਖਾਏ ਜਾਂਦੇ, ਉਹਨਾਂ ਨੂੰ ਗੱਤਕਾ ਸਿਖਾਇਆ ਜਾਂਦਾ,
ਆਪਣੀ ਰੱਖਿਆ ਕਿਵੇਂ ਕਰਨੀ ਹੈ, ਇਹ ਕੁਝ ਸਕੂਲ ਦੇ ਵਿੱਚ ਉਸ ਨੂੰ ਸਿਖਾਉਣਾ ਸੀ। ਪਰ ਅਸੀਂ ਘੜੀ ਪਲ 2 ਮਿੰਟਾਂ ਦੇ ਲਈ ਝੂਟੇ ਲਏ, ਹਲਾਰੇ ਲਏ, ਗਾਣੇ ਗਾਏ ਅਤੇ ਪਿਛੋਕੜ ਭੁੱਲ ਕੇ ਵੀ ਇਹ ਤਿਉਹਾਰ ਚੱਲਿਆ ਕਿੱਥੋਂ ਸੀ, ਉਹ ਸਾਰਾ ਕੁਝ ਭੁੱਲ ਕੇ ਅਸੀਂ ਕੇਵਲ ਅਤੇ ਕੇਵਲ ਸਾਡੀਆਂ ਧੀਆਂ ਭੈਣਾਂ ਨੂੰ ਇੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਵੀ ਹਾਂ ਬਸ ਇੱਕ ਮਨ ਦੀ ਸੰਤੁਸ਼ਟੀ ਹੈ, ਇੱਕ ਰੌਣਕ ਹੈ। ਹੁਣ ਕਈ ਸਾਨੂੰ ਕਹਿ ਦਿੰਦੇ ਨੇ ਤੁਸੀਂ ਹਰ ਚੀਜ਼ 'ਤੇ ਕਿੰਤੂ ਪਰੰਤੂ ਕਰਦੇ ਹੋ। ਉਹ ਭਾਈ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ, ਜਿਹੜੀਆਂ ਚੀਜ਼ਾਂ ਗੁਲਾਮੀ ਦੇ ਵਿੱਚੋਂ ਨਿਕਲੀਆਂ ਸੀ, ਉਸ ਵੇਲੇ ਦੀ ਐਸ਼ ਪ੍ਰਸਤੀ ਸੀ, ਉਸ ਵੇਲੇ ਗੁਲਾਮ ਬਣਾ ਕੇ ਔਰਤ ਨੂੰ ਧੱਕੇ ਦੇ ਨਾਲ ਆਪਣੇ ਮਹਿਲਾਂ ਦੇ ਵਿੱਚ ਰੱਖਿਆ ਜਾਂਦਾ ਸੀ, ਉੱਥੋਂ ਨਿਕਲਿਆ ਹੋਇਆ ਇਹ ਤਿਉਹਾਰ ਅੱਜ ਇੱਥੇ ਤੀਆਂ ਦੇ ਰੂਪ ਦੇ ਵਿੱਚ ਤੁਸੀਂ ਮਨਾ ਰਹੇ ਹੋ ਅਤੇ ਅਫਸਰ ਮੂਹਰੇ ਲੱਗ ਕੇ ਮਨਾਉਂਦੇ ਨੇ, ਪਿੰਡਾਂ ਦੇ ਲੋਕ ਜਿਹੜੇ ਨੇ ਮੋਹਤਬਰ ਬਣੇ ਹੋਏ ਉਹ ਅੱਗੇ ਲੱਗ ਲੱਗ ਕੇ ਮਨਾਉਂਦੇ ਨੇ, ਪੈਲਸ ਬੁੱਕ ਕੀਤੇ ਜਾਂਦੇ ਨੇ। ਇੱਥੇ ਮੇਰੇ ਪਿੰਡ ਦੇ ਨੇੜੇ ਇੱਕ ਪੈਲਸ ਬੁੱਕ ਕੀਤਾ ਗਿਆ, ਲੈ ਦੇਖੋ ਸਪੈਸ਼ਲ। ਅਤੇ ਜੇ ਔਰਤਾਂ ਨੂੰ ਦੱਸੀਏ ਤਾਂ ਉਹ ਕਹਿੰਦੀਆਂ ਜੀ ਤੁਸੀਂ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ, ਇਹ ਤਾਂ ਗੁਲਾਮੀ ਦੇ ਵਿੱਚੋਂ ਹੀ ਤਿਉਹਾਰ ਨਿਕਲਿਆ ਸੀ। ਪਰ ਅਸੀਂ ਲੱਗੇ ਹੋਏ ਹਾਂ, ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ, ਸਾਨੂੰ ਕੋਈ ਜਾਣਕਾਰੀ ਦੇਣ ਵਾਲਾ ਨਹੀਂ। ਜੇ ਕੋਈ ਬੋਲ ਕੇ ਸਮਝਾਉਣ ਦਾ ਯਤਨ ਕਰਦਾ ਅਸੀਂ ਉਹਦੇ ਵੀ ਗਲ ਪੈਂਦੇ ਹਾਂ। ਛੋਟੀਆਂ ਛੋਟੀਆਂ ਬੱਚੀਆਂ ਨੂੰ ਤਿਆਰ ਕਰਾ ਕੇ ਉਹ ਸਕੂਲਾਂ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੁੰਦੀ, ਸਕੂਲਾਂ ਦੇ ਵਿੱਚ ਸ਼ਹੀਦ ਸਿੰਘਾਂ ਦੀ ਗੱਲ ਹੁੰਦੀ, ਸਕੂਲਾਂ ਦੇ ਵਿੱਚ ਬੱਚੀਆਂ ਨੂੰ ਕਰਾਟੇ, ਜਿਵੇਂ ਮੈਂ ਕਿਹਾ ਵੀ ਕਰਾਟੇ ਸਿਖਾਏ ਜਾਂਦੇ, ਉਹਨਾਂ ਨੂੰ ਆਪਣੇ ਆਪ 'ਤੇ ਨਿਰਭਰ ਕੀਤਾ ਜਾਂਦਾ ਵੀ ਤੂੰ ਆਪਣੀ ਇੱਜ਼ਤ ਬਚਾਉਣੀ ਕਿਸ ਤਰ੍ਹਾਂ ਹੈ, ਉਹਨਾਂ ਨੂੰ ਗੱਤਕਾ ਸਿਖਾਇਆ ਜਾਂਦਾ, ਉਹਨਾਂ ਨੂੰ ਗੇਮਾਂ ਦੇ ਵੱਲ ਨੂੰ ਤੋਰਿਆ ਜਾਂਦਾ ਬੱਚੀਆਂ ਨੂੰ। ਪਰ ਅਸੀਂ ਉੱਥੇ ਲੱਗੇ ਹੋਏ ਹਾਂ ਵੀ ਫਿਰ ਗਾਣੇ ਗਾਏ ਜਾਂਦੇ ਨੇ ਵੀ ਹਾਂ ਸੱਸ ਨੂੰ ਕਿਸ ਤਰ੍ਹਾਂ ਕੁੱਟਣਾ, ਨਿੰਮ ਦਾ ਘੋਟਣਾ ਲੈ ਕੇ ਆਈ ਜੇ ਸੱਸ ਕੁੱਟਣੀ ਆ, ਇੱਦਾਂ ਦੀਆਂ ਚੀਜ਼ਾਂ ਹਨ। ਫਿਰ ਹੁਲਾਰੇ ਦਵਾਏ ਜਾਂਦੇ ਨੇ, 4 ਮਿੰਟ ਦੀ ਸੰਤੁਸ਼ਟੀ ਬਸ। ਜੇ ਗੁਰਬਤ ਦੇ ਨਾਲ ਜੁੜੀਆਂ ਹੁੰਦੀਆਂ, ਜੇ ਗੁਰਬਾਣੀ ਦੇ ਨਾਲ ਔਰਤਾਂ ਜੁੜੀਆਂ ਹੁੰਦੀਆਂ, ਜੇ ਸਾਨੂੰ ਸਮਝ ਹੁੰਦੀ ਵੀ ਹਾਂ ਇਹ ਇਤਿਹਾਸ ਗੁਲਾਮੀ ਦੇ ਵਿੱਚੋਂ ਨਿਕਲਿਆ ਅਸੀਂ ਨਹੀਂ ਮਨਾਉਣਾ, ਤਾਂ ਫਿਰ ਤਾਂ ਸਾਨੂੰ ਅਕਲ ਆਉਂਦੀ। ਪਰ ਹੁਣ ਸਰਕਾਰਾਂ ਵੀ ਲੱਗੀਆਂ, ਕਿਉਂਕਿ ਉਹ ਵੀ ਚਾਹੁੰਦੀਆਂ ਨੇ ਨਾ ਵੀ ਹਾਂ ਤੁਸੀਂ ਉਲਝੇ ਰਹੋ ਇਹਨਾਂ ਚੀਜ਼ਾਂ ਦੇ ਵਿੱਚ, ਬਸ ਹੁਲਾਰੇ ਲਈ ਜਾਓ, ਤੁਸੀਂ ਹੁਲਾਰੇ ਲਈ ਜਾਓ, ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਰਹੋ। ਕਿਤੇ ਸਾਡੇ ਵੱਲ, ਸਰਕਾਰਾਂ ਵੱਲ ਨੂੰ ਧਿਆਨ ਨਾ ਹੋ ਜਾਵੇ, ਕਿਤੇ ਇਹ ਸਾਡੇ ਤੋਂ ਕੁਝ ਮੰਗ ਨਾ ਲੈਣ, ਇਹ ਕਿਤੇ ਔਰਤਾਂ ਸਾਨੂੰ ਇਹ ਨਾ ਕਹਿ ਦੇਣ ਵੀ ਸਾਨੂੰ ਸਾਡੇ ਹੱਕ ਚਾਹੀਦੇ ਨੇ, ਸਾਨੂੰ ਕੁੱਟਿਆ ਕਿਉਂ ਜਾ ਰਿਹਾ, ਸਾਨੂੰ ਲੁੱਟਿਆ ਕਿਉਂ ਜਾ ਰਿਹਾ, ਅਸੀਂ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦੀਆਂ ਨੇ, ਸਾਨੂੰ ਨੌਕਰੀ ਦਿੱਤੀ ਜਾਵੇ, ਸਾਨੂੰ ਕੋਈ ਚੱਜ ਦੀ ਸਿੱਖਿਆ ਦਿੱਤੀ ਜਾਵੇ, ਕਿਤੇ ਉੱਧਰ ਨੂੰ ਨਾ ਤੁਰ ਪੈਣ। ਸਰਕਾਰਾਂ ਵੀ ਫਿਰ ਲਾਈ ਫਿਰਦੀਆਂ ਨੇ, ਇਹ ਲਾ ਦਿੰਦੇ ਨੇ ਤੀਆਂ ਦੇ ਵੱਲ ਨੂੰ, ਤੋਰੇ ਹੋਏ ਨੇ ਸਾਰੇ। ਪਰ ਇਹ ਮਾਨਸਿਕ ਗੁਲਾਮੀ ਦੇ ਵਿੱਚੋਂ ਤਿਉਹਾਰ ਨਿਕਲਿਆ ਹੋਇਆ ਸੀ, ਮਾਨਸਿਕ ਗੁਲਾਮੀ ਦੇ ਵਿੱਚੋਂ। ਟਕੇ ਟਕੇ 'ਤੇ ਔਰਤਾਂ ਦੀਆਂ ਮੰਡੀਆਂ ਦੇ ਵਿੱਚ ਔਰਤਾਂ ਵਿਕਦੀਆਂ ਰਹੀਆਂ, ਗੰਜਨਮੀ ਵਰਗੀਆਂ ਦੇ ਮੰਡੀਆਂ ਦੇ ਵਿੱਚ ਟਕੇ ਟਕੇ 'ਤੇ ਔਰਤਾਂ ਵਿਕਦੀਆਂ ਰਹੀਆਂ। ਇਹ ਤਿਉਹਾਰ ਇੱਥੋਂ ਨਿਕਲੇ ਹੋਏ ਸੀ। ਮੈਂ ਤਾਂ ਕਈ ਵਾਰ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਸਾੜੀ ਹੈ ਨਾ, ਮੈਂ ਸੁਣਿਆ ਸੀ ਕਹਿੰਦੇ ਸਾੜੀ ਵੀ ਗੁਲਾਮੀ ਦਾ ਪ੍ਰਤੀਕ ਸੀ ਉਸ ਵੇਲੇ, ਜਿਹੜੀ ਔਰਤ ਪਹਿਲਾਂ ਵਿਕ ਕੇ ਗਈ ਹੁੰਦੀ ਸੀ, ਜਦੋਂ ਦੁਬਾਰਾ ਫਿਰ ਉਸ ਨੂੰ ਵਿਕਣ ਦੇ ਉੱਪਰ ਲਾਇਆ ਜਾਂਦਾ ਸੀ ਤਾਂ ਉਹਦੇ ਆਲੇ ਦੁਆਲੇ ਇੱਕ ਚਿੱਟਾ ਕੱਪੜਾ ਲਪੇਟ ਦਿੱਤਾ ਜਾਂਦਾ ਸੀ ਤਾਂ ਜੋ ਮੁਗਲ ਆ ਕੇ ਉਸ ਨੂੰ ਇਹ ਪਹਿਚਾਣ ਆ ਜਾਵੇ ਮੁਗਲਾਂ ਨੂੰ ਵੀ ਇਹ ਪਹਿਲਾਂ ਵਿਕ ਕੇ ਗਈ ਹੋਈ ਹੈ। ਅਸੀਂ ਰਿਵਾਜ਼ ਬਣਾ ਲਏ, ਅਸੀਂ ਰਿਵਾਜ਼ ਤੋਰ ਲਏ, ਅੱਜ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਅਸੀਂ ਤੁਰੇ ਫਿਰਦੇ ਹਾਂ, ਨੱਚਦੇ ਫਿਰਦੇ ਹਾਂ, ਤੁਰੇ ਫਿਰਦੇ ਹਾਂ ਜਾਂ ਜੋ ਵੀ ਹੈਗਾ ਹੈ ਨਾ। ਪਰ ਉਸ ਵੇਲੇ ਇਹ ਮਾਨਸਿਕ ਗੁਲਾਮੀ ਸੀ, ਇੱਥੋਂ ਨਿਕਲਿਆ ਸੀ ਇਹ ਤਿਉਹਾਰ। ਪਰ ਸਾਡਾ ਅੱਜ ਮਨਾਇਆ ਜਾ ਰਿਹਾ, ਗੁਰਦੁਆਰਿਆਂ ਦੇ ਵਿੱਚੋਂ ਲੰਗਰ ਆਉਂਦਾ ਹੈ, ਪੈਲਸ ਬੁੱਕ ਕੀਤੇ ਜਾ ਰਹੇ, ਸ਼ਰਮ ਦਾ ਘਾਟ ਆ ਯਾਰ। ਸਕੂਲ ਘੱਟੋ ਘੱਟ ਯਾਰ ਵਿੱਦਿਅਕ ਕੇਂਦਰ ਸੀ ਜਿਹੜੇ, ਸਾਡੇ ਸਕੂਲ ਸੰਸਥਾਵਾਂ ਸੀ, ਸਾਡੀਆਂ ਯੂਨੀਵਰਸਿਟੀਆਂ ਸੀ ਯਾਰ, ਉੱਥੇ ਤਾਂ ਸ਼ਰਮ ਕਰ ਲਓ। ਕਿਸ ਤਰ੍ਹਾਂ ਤੁਸੀਂ ਉੱਥੇ ਗੰਦ ਪਾਉਣ ਲੱਗੇ ਹੁੰਦੇ ਹੋ, ਕੋਈ ਚੱਜ ਦੀ ਸਿੱਖਿਆ ਦੇ ਦਿਓ ਯਾਰ ਸਾਡੇ ਬੱਚਿਆਂ ਨੂੰ, ਸਾਡੇ ਮਾਂ ਪਿਓ ਵੀ ਉੱਧਰਲੇ ਪਾਸੇ ਨੂੰ ਹੋ ਤੁਰੇ, ਛੋਟੀਆਂ ਛੋਟੀਆਂ ਬੱਚੀਆਂ ਨੂੰ
ਐਨ ਬਹੂਆਂ ਬਣਾ ਕੇ ਟਿੱਕੇ ਲਾ ਕੇ ਅਸੀਂ ਉੱਥੇ ਤੋਰਦੇ ਹਾਂ। ਹੁਣ ਕਈ ਥੱਲੇ ਕਮੈਂਟ ਕਰਨਗੇ ਇਹ ਖੁਸ਼ੀ ਦਾ ਪ੍ਰਤੀਕ ਹੈ। ਉਹ ਯਾਰ ਮਾਨਸਿਕ ਗੁਲਾਮੀ ਦੇ ਵਿੱਚੋਂ ਨਿਕਲਿਆ ਸੀ ਤੁਹਾਡਾ ਇਹ ਤਿਉਹਾਰ, ਤੁਹਾਡੀਆਂ ਔਰਤਾਂ ਨੂੰ ਟਕੇ ਟਕੇ 'ਤੇ ਵੇਚਦੇ ਸੀ ਅਗਲੇ, ਤੁਹਾਡੀਆਂ ਔਰਤਾਂ ਨੂੰ ਧੱਕੇ ਦੇ ਨਾਲ ਬੰਨ੍ਹ ਕੇ ਲੈ ਕੇ ਜਾਂਦੇ ਸੀ ਆਪਣੇ ਮਹਿਲਾਂ ਦੇ ਵਿੱਚ ਅਗਲੇ, ਉੱਥੋਂ ਨਿਕਲੇ ਤਿਉਹਾਰ ਨੂੰ ਮਨਾ ਰਹੇ ਹੋ ਤੁਸੀਂ ਖੁਸ਼ੀ। ਇਹਨਾਂ ਚੀਜ਼ਾਂ ਦੇ ਵਿੱਚੋਂ ਖੁਸ਼ੀ ਨਿਕਲ ਸਕਦੀ ਹੈ, ਮਿਲ ਸਕਦੀ ਹੈ ਖੁਸ਼ੀ ਤੁਹਾਨੂੰ? ਇਸ ਲਈ ਸਾਨੂੰ ਸਮਝਣਾ ਪੈਣਾ, ਜਾਗਣਾ ਪੈਣਾ।